हाँ जी दोस्तों, की हाल चाल। मैं तुहाड़ा दोस्त करण सेठी अज एक नवे ब्लॉग दे विच हाजिर हाँ। बड़े भरावां दे जिहड़े मैसेज आ रहे सीगे, कईआं दे दुबई तो, कईआं दे इंडिया तो आ रहे सीगे, किन्ने सारे क्वेश्चन उन्होंने पूछे मैनू, मेरे यूट्यूब दे कमेंट बॉक्स दे विच, इंस्टाग्राम ते मैसेज भेजे, ते मैं कोशिश करदा रहिंदा आ कि मैं वध तो वध उन्हां दे रिप्लाई करा। जिहड़े जिहड़े मेरे वीरां ने मैनू क्वेश्चन पूछे भी उह स्टडी लै के आ रहे आ न्यूजीलैंड जां वर्क वीजे ते आ रहे आ, जिद्दां भी आ, है ना। तो आप पूरी अपने वालों ट्राई करी दी है कि उन्होंने बेस्ट टू बेस्ट जिहड़ा उन्हों का रिस्पोंस दे सकी उन्होंने कमेंट का। तो यह वीडियो जिहड़ी आ ये बनाउण दा मेरा यही मकसद आ कि जिहड़े कुछ क लाइक इदां दीआं गल्लां जिहड़ियां कमेंट बॉक्स च बहुत ज़्यादा वड्डियां हो जांदियां ते नहीं क्लीयर हो पांदियां, तो मैं सोचा फिर उत्ते एक आपां व्लॉग बना के पा दिंदे आ, ताकि जिहड़े अपने जिहड़े वीर भरा आ जिन्हां ने स्टूडेंट वीजे ते इत्थे आउणा आ, ते ਆਪਾਂ ਵਰਕ ਵਾਲਿਆਂ ਦੀ ਵੀ ਗੱਲ ਕਰਾਂਗੇ, ਪਰ ਪਹਿਲਾਂ ਮੈਂ ਸਟੂਡੈਂਟ ਵਾਲਿਆਂ ਦੀ ਗੱਲ ਕਰ ਲਾਂ ਕਿ ਜਿਨ੍ਹਾਂ ਨੇ ਸਟੂਡੈਂਟ ਵੀਜ਼ੇ 'ਤੇ ਇੱਥੇ ਆਉਣਾ ਅਤੇ ਉਹਨਾਂ ਦੇ ਕੁਛ ਕੁ ਕੁਐਸਚਨਸ ਆ ਉਹਨਾਂ ਦੇ ਉੱਤੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਅੱਜ ਜ਼ਰੂਰ ਕਰਾਂਗੇ, ਅਤੇ ਜ਼ਿਆਦਾ ਟਾਈਮ ਨਾ ਆਪਾਂ ਵੇਸਟ ਕਰਦੇ ਹੋਏ ਅੱਜ ਦਾ ਵਲੌਗ ਕਰਦੇ ਹਾਂ ਜੀ। ਅਤੇ ਅੱਜ ਮੈਂ ਜਿਹੜੀ ਗੱਲ ਕਰਾਂਗਾ ਉਹ ਕਰਾਂਗੇ ਆਪਾਂ ਸਟੂਡੈਂਟ ਵੀਜ਼ੇ ਉੱਤੇ, ਕਿ ਸਟੂਡੈਂਟ ਵੀਜ਼ਾ ਮੈਂ ਸਟੂਡੈਂਟਾਂ ਦੇ ਉੱਤੇ ਨਾ ਵਲੌਗ ਬਣਾਉਣੇ ਬੰਦ ਕਰਤੇ ਸੀ, ਕਿਉਂਕਿ ਮੈਨੂੰ ਸੀਗਾ ਵੀ ਯਾਰ ਸਟੂਡੈਂਟ ਜਿਹੜੇ ਆ ਉਹ ਹੁਣ ਇੱਧਰ ਘੱਟ ਆ ਰਹੇ ਆ, ਅਤੇ ਜਿਹੜੇ ਵੀ ਆ ਰਹੇ ਉਹ ਔਲਰੇਡੀ ਪੋਸਟ ਗ੍ਰੈਜੂਏਸ਼ਨ ਵਗੈਰਾ ਕਰਕੇ ਮਤਲਬ ਸੀਨੀਅਰ ਆ ਰਹੇ ਆ, ਅਤੇ ਪਰ ਮੇਰਾ ਭੁਲੇਖਾ ਸੀਗਾ। ਹੁਣ ਕਾਫੀ ਵਧੀਆ ਜਿਹੜਾ ਰਿਸਪੋਂਸ ਸਟੂਡੈਂਟ ਵੀਜ਼ੇ ਨੂੰ ਇਮੀਗ੍ਰੇਸ਼ਨ ਦੇ ਰਹੀ ਆ, ਅਤੇ ਸਟੂਡੈਂਟ ਦੁਬਾਰਾ ਤੋਂ ਜਿਹੜਾ ਫਿਰ ਨਿਊਜ਼ੀਲੈਂਡ ਵੱਲ ਅਟਰੈਕਟ ਹੋ ਰਿਹਾ ਅਤੇ ਆ ਰਹੇ ਆ, ਠੀਕ ਆ, ਇਟਸ ਓਕੇ ਆ। ਪੀ ਆਰ ਵਗੈਰਾ ਤੁਹਾਨੂੰ ਸਾਰਿਆਂ ਨੂੰ ਪਤਾ ਟਫ ਆ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ, ਬਟ ਜੇ ਤੁਹਾਡੀ ਜੋਬ ਵਗੈਰਾ ਵਧੀਆ ਤਾਂ ਓਕੇ ਹੋ ਜਾਂਦਾ। ਚਲੋ ਆਪਾਂ ਗੱਲ ਕਰਦੇ ਹਾਂ ਕੁਐਸਚਨ ਕੁਐਸਚਨ ਜਿਹੜਾ ਇਹ ਸੀਗਾ ਵੀ ਜਿਹੜੇ ਆਪਣੇ ਭਰਾ ਨਿਊਜ਼ੀਲੈਂਡ ਆਉਂਦੇ ਆ, ਭੈਣ ਜਾਂ ਭਰਾ ਆਪਣੇ ਜਿਹੜੇ ਵੀ, ਹੈ ਨਾ, ਉਹ ਇੱਥੇ ਆ ਕੇ ਅਤੇ ਕੋਲਜ ਚੇਂਜ ਕਰ ਸਕਦੇ ਆ, ਉਹਨਾਂ ਦੀ ਮੇਰੀ ਉਹਨਾਂ ਨੂੰ ਪਰਸਨਲੀ ਇਹੀ ਸੁਜੈਸ਼ਨ ਆ ਕਿ ਤੁਸੀਂ ਕੋਲਜ ਚੇਂਜ ਕਰ ਸਕਦੇ ਆ। ਜਿਹੜੇ ਤੁਹਾਨੂੰ ਏਜੰਟ ਡਰਾ ਦਿੰਦੇ ਆ ਵੀ ਆਪਾਂ ਕੋਲਜ ਨਹੀਂ ਚੇਂਜ ਕਰ ਸਕਦੇ, ਬਾਹਰ ਜਾ ਕੇ ਤੁਹਾਡੀ ਪੀ ਆਰ 'ਚ ਪ੍ਰੋਬਲਮ ਆਉਂਦੀ ਆ ਜਾਂ ਤੁਹਾਨੂੰ ਅੱਗੋਂ ਵੀਜ਼ਾ ਨਹੀਂ ਮਿਲਦਾ, ਉਹ ਸਭ ਝੂਠ ਆ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਇਹ ਤੁਹਾਡੀ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਤੁਸੀਂ ਆਪਣਾ ਕੋਲਜ ਚੇਂਜ ਕਰ ਸਕਦੇ ਆ, ਤੁਸੀਂ ਕੋਰਸ ਵੀ ਚੇਂਜ ਕਰ ਸਕਦੇ ਆ, ਤੁਸੀਂ ਸਿਟੀ ਵੀ ਚੇਂਜ ਕਰ ਸਕਦੇ ਆ। ਅਗਰ ਤੁਸੀਂ ਮੰਨ ਲਓ ਵੀ ਤੁਸੀਂ ਔਕਲੈਂਡ ਆਇਓ, ਔਕਲੈਂਡ ਤੋਂ ਤੁਸੀਂ ਆਪਣੀ ਸਿਟੀ ਮੂਵ ਕਰਨੀ ਆ, ਉਹ ਵੀ ਕਰ ਸਕਦੇ ਆ। ਉਹਦੇ ਵਿੱਚ ਕੋਈ ਜ਼ਿਆਦਾ ਲੰਬਾ ਚੌੜਾ ਪ੍ਰੋਸੀਜਰ ਨਹੀਂ ਹੁੰਦਾ, ਤੁਸੀਂ ਇੱਥੇ ਕੋਈ ਨਾ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਕੋਈ ਹਾਇਰ ਕਰੋ ਅਤੇ ਉਹਨੂੰ ਆਪਣਾ ਉਹ ਇੱਕ ਰੀਜ਼ਨ ਬਣਾ ਦਿੰਦੇ, ਇੱਕ ਕਵਰ ਲੈਟਰ ਬਣਾ ਦਿੰਦੇ ਆ, ਅਤੇ ਦੁਬਾਰਾ ਤੁਹਾਡੀ ਫਾਈਲ ਦੁਬਾਰਾ ਲੱਗ ਕੇ ਅਤੇ ਤੁਹਾਡੀ ਫੀਸ ਨਵੇਂ ਕੋਲਜ 'ਚ ਉਹਦੀ ਪੇ ਵਗੈਰਾ ਕਰਕੇ ਅਤੇ ਕੋਰਸ ਕੋਲਜ ਅਤੇ ਸਿਟੀ ਚੇਂਜ ਹੋ ਜਾਂਦੀ ਆ, ਉਹ ਕੋਈ ਜ਼ਿਆਦਾ ਉਹਦਾ ਹੁੰਦਾ ਨਹੀਂ ਆ। ਪਰ ਰੌਲਾ ਕਿਸ ਚੀਜ਼ ਦਾ ਆ, ਰੌਲਾ ਹੁੰਦਾ ਵੀ ਜਦੋਂ ਅਸੀਂ ਆਪਣਾ ਕੋਈ ਕੋਲਜ ਲੈ ਕੇ ਇੱਥੇ ਆਉਂਦੇ, ਨਿਊਜ਼ੀਲੈਂਡ ਦੀ ਗੱਲ ਜੇ ਮੈਂ ਕਰਾਂ, ਜਦੋਂ ਅਸੀਂ ਇੱਥੇ ਆਉਂਦੇ ਹਾਂ ਅਤੇ ਅਸੀਂ ਇੰਡੀਆ ਤੋਂ ਕੀ ਕਰਦੇ ਹਾਂ, ਸਾਡੇ ਕੋਲੋਂ ਏਜੰਟ ਜਿਹੜੇ ਹੁੰਦੇ ਆ ਉਹ ਸਾਈਨ ਕਰਾ ਲੈਂਦੇ ਆ, ਹੈ ਨਾ, ਫਟਾਫਟ ਵੀ ਆਹ ਫੋਰਮ ਆ ਇਹਨਾਂ 'ਤੇ ਸਾਈਨ ਕਰ ਦਿਉ। ਸਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੁੰਦੀ, ਅਸੀਂ ਕੀ ਕਰਦੇ ਹਾਂ, ਮਿੰਟੋ ਮਿੰਟ ਸਾਈਨ ਕਰ ਦਿੰਦੇ ਹਾਂ। ਅਸੀਂ ਗਲਤੀ ਕਿੱਥੇ ਕਰ ਦਿੰਦੇ ਹਾਂ, ਉਹਦੇ 'ਚ ਇੱਕ ਕੰਟਰੈਕਟ ਹੁੰਦਾ ਜਿਹਦੇ ਵਿੱਚ ਇਹ ਚੀਜ਼ ਸਾਫ਼ ਸਾਫ਼ ਲਿਖੀ ਹੁੰਦੀ ਆ ਵੀ ਅਸੀਂ ਜਿਹੜਾ ਉੱਥੇ ਜਾ ਕੇ ਆਪਣਾ ਜੇ ਕੋਰਸ ਕੋਲਜ ਚੇਂਜ ਕਰਾਂਗੇ ਤਾਂ ਸਾਡੀ ਫੀਸ ਜਿਹੜੀ ਆ ਉਹ ਨੋਨ ਰਿਫੰਡੇਬਲ ਹੋਊਗੀ। ਅਸੀਂ ਇਹ ਚੀਜ਼ ਨਹੀਂ ਉਹ 'ਚ ਦੇਖਦੇ, ਅਸੀਂ ਫਟਾਫਟ ਸਾਈਨ ਕਰ ਦਿੰਦੇ ਹਾਂ। ਅਤੇ ਜਦੋਂ ਅਸੀਂ ਸਾਈਨ ਕਰ ਦਿੰਦੇ ਹਾਂ, ਮੰਨ ਲਓ ਵੀ ਤੁਸੀਂ ਉੱਥੋਂ $20,000 ਫੀਸ ਪੇ ਕੀਤੀ ਇੱਕ ਸਾਲ ਦੀ, ਅਤੇ ਤੁਸੀਂ ਕੋਰਸ ਲਿਆ ਹੋਟਲ ਮੈਨੇਜਮੈਂਟ ਦਾ, ਤੁਸੀਂ ਨਿਊਜ਼ੀਲੈਂਡ ਆ ਜਾਂਦੇ ਹੋ, ਬਟ ਇੱਥੇ ਆ ਕੇ ਤੁਸੀਂ ਦੇਖਦੇ ਹੋ ਵੀ ਸਟੱਡੀ ਟਫ ਆ, ਜਾਂ ਮਤਲਬ ਤੁਹਾਡੇ ਕੋਲ ਗਲਤੀ ਨਾਲ ਜਿਹੜਾ ਕੋਰਸ ਤੁਹਾਨੂੰ ਏਜੰਟ ਨੇ ਗਲਤ ਦਵਾਤਾ, ਤੁਸੀਂ ਬਿਜ਼ਨਸ ਕਰਨਾ ਸੀਗਾ ਜਾਂ ਇੰਜੀਨੀਅਰਿੰਗ ਕਰਨੀ ਸੀਗੀ, ਤੁਸੀਂ ਆਪਣੀ ਸਟੱਡੀ ਚੇਂਜ ਕਰਨਾ ਚਾਹੁੰਦੇ ਹੋ, ਅਤੇ ਇਹ ਚੀਜ਼ ਆਪਣੇ ਏਜੰਟ ਨਾਲ ਜ਼ਰੂਰ ਉੱਥੋਂ ਮੇਕ ਸ਼ੋਰ ਕਰਕੇ ਆਓ ਕਿ ਜਦੋਂ ਅਸੀਂ ਬਾਹਰ ਜਾਈਏ ਉੱਥੇ ਜਾ ਕੇ ਅਸੀਂ ਫੀਸ ਰਿਫੰਡ ਕਰੀਏ, ਕਿਉਂਕਿ ਨਿਊਜ਼ੀਲੈਂਡ ਦੀ ਜਿਹੜੀ ਗੌਰਮੈਂਟ ਆ ਔਰ ਜਿਹੜੇ ਇੱਥੋਂ ਦੇ ਕੋਲਜਿਸ ਆ, ਇਹ ਤੁਹਾਨੂੰ 15 ਤੋਂ 20 ਦਿਨ, ਆਈ ਥਿੰਕ 15 ਦਿਨ ਦਾ ਹੁੰਦਾ ਐਸਟੀਮੇਟ ਟਾਈਮ, ਅਗਰ ਜਦੋਂ ਤੁਹਾਡੀ ਓਰੀਐਂਟੇਸ਼ਨ ਲੱਗਦੀ ਆ, ਓਰੀਐਂਟੇਸ਼ਨ ਤੋਂ 15 ਦਿਨਾਂ ਦਾ ਟਾਈਮ ਹੁੰਦਾ ਕਿ ਤੁਸੀਂ ਉਹ 15 ਦਿਨਾਂ ਦੇ ਵਿੱਚ ਵਿੱਚ ਆਪਣਾ ਅਗਰ ਕੋਰਸ ਆਪਣਾ ਜਾਂ ਕੋਲਜ ਆਪ ਚੇਂਜ ਕਰਨਾ ਚਾਹੁੰਦੇ ਹੋ, ਆਪਣੀ ਫੀਸ ਰਿਫੰਡ ਲੈਣਾ ਚਾਹੁੰਦੇ ਹੋ, ਅਤੇ ਆਈ ਥਿੰਕ 75% ਦੇ ਕੋਲ ਤੁਹਾਡੀ ਫੀਸ ਜਿਹੜੀ ਆ ਉਹ ਤੁਹਾਨੂੰ ਰਿਫੰਡ ਹੋ ਜਾਂਦੀ ਆ 15 ਦਿਨ ਦੇ ਵਿੱਚ ਵਿੱਚ, ਅਗਰ ਤੁਸੀਂ ਉਹਨਾਂ ਨੂੰ ਯੈਸ ਨੋ ਕਹਿ ਦਿੰਦੇ ਹੋ ਵੀ ਅਸੀਂ ਇੱਥੇ ਰਹਿਣਾ ਜਾਂ ਨਹੀਂ ਰਹਿਣਾ।
ਅਤੇ 15 ਦਿਨ ਤੋਂ ਬਾਅਦ ਸ਼ਾਇਦ ਉਹ ਨੋਨ ਰਿਫੰਡੇਬਲ ਹੁੰਦੀ ਆ। ਬਟ ਅਸੀਂ ਕੀ ਗਲਤੀ ਕਰ ਰਹੇ ਹਾਂ ਅੱਜ ਕੱਲ੍ਹ, ਅਸੀਂ ਮਿੰਟੋ ਮਿੰਟ ਜਿਹੜੇ ਉੱਥੇ ਸਾਈਨ ਕਰਕੇ ਇੱਥੇ ਭੱਜ ਕੇ ਆ ਜਾਂਦੇ ਹਾਂ। ਫਿਰ ਇੱਥੇ ਆ ਕੇ ਕੀ ਹੁੰਦਾ, ਜਦੋਂ ਅਸੀਂ ਆਪਣੀ ਫੀਸ, ਜੇ ਮੰਨ ਲਓ ਸਾਨੂੰ ਕੋਲਜ ਕੋਰਸ ਪਸੰਦ ਨਹੀਂ ਆਇਆ, ਅਸੀਂ ਚੇਂਜ ਕਰਨਾ, ਅਤੇ ਜਦੋਂ ਅਸੀਂ ਉਹਨਾਂ ਕੋਲ ਜਾਂਦੇ ਹਾਂ ਗੱਲਬਾਤ ਕਰਨ ਵਾਸਤੇ ਕਿ ਬਈ ਆਪਾਂ ਆਪਣਾ ਕੋਰਸ ਚੇਂਜ ਕਰਨਾ ਜਾਂ ਕੁਛ ਵੀ ਆ, ਅਤੇ ਫਿਰ ਉਹ ਸਿੱਧੀ ਸਿੱਧੀ ਆਪਸ਼ਨ ਤੁਹਾਨੂੰ ਕਹਿ ਦਿੰਦੇ ਆ ਵੀ ਦੇਰ ਇਜ਼ ਨੋ ਰਿਫੰਡੇਬਲ ਫੋਰ ਇੰਟਰਨੈਸ਼ਨਲ ਸਟੂਡੈਂਟ, ਕਿਉਂਕਿ ਅਸੀਂ ਉੱਥੇ ਆਲਰੇਡੀ ਸਾਈਨ ਕਰ ਚੁੱਕੇ ਹੁੰਦੇ ਅਤੇ ਸਾਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਪਤਾ ਨਹੀਂ ਹੁੰਦਾ। ਅਤੇ ਫਿਰ ਉੱਥੇ ਕੀ ਹੁੰਦਾ, ਤੁਹਾਡੀ ਫੀਸ ਜਿਹੜੀ ਆ ਉਹ ਸਿੱਧੇ ਸਿੱਧੇ ਤੌਰ 'ਤੇ ਮਰ ਜਾਂਦੀ ਆ, ਤੁਹਾਨੂੰ ਤੁਹਾਡੀ ਫੀਸ ਜਿਹੜੀ ਉਹ ਰਿਫੰਡ ਨਹੀਂ ਮਿਲਦੀ। ਕੋਲੇਜ ਵਾਲੇ ਸਿੱਧੀ ਤਰ੍ਹਾਂ ਕਹਿ ਦਿੰਦੇ ਆ ਰਹਿਣਾ ਰਹੋ, ਨਹੀਂ ਰਹਿਣਾ ਨਾ ਜਾਓ, ਫੀਸ ਤੁਹਾਨੂੰ ਵਾਪਸ ਨਹੀਂ ਮਿਲਣੀ। ਫਿਰ ਉਸ ਚੱਕਰ 'ਚ ਕੀ ਹੁੰਦਾ, ਤੁਹਾਨੂੰ ਘਰੋਂ ਦੁਬਾਰਾ ਪੈਸੇ ਮੰਗਵਾਉਣੇ ਪੈਂਦੇ ਆ ਜਾਂ ਫੀਸ ਦੁਬਾਰਾ ਅਰੇਂਜ ਕਰਨੀ ਪੈਂਦੀ ਆ। FTS ਤਾਂ ਚਲੋ ਤੁਹਾਡੇ ਕੋਲ ਹੁੰਦੇ ਆ, ਜਿਹੜਾ $15,000 ਆਪਾਂ ਉਹਨਾਂ ਨੂੰ ਸੈਂਡ ਕਰਦੇ ਤਾਂ ਸਾਨੂੰ ਹਰ ਮੰਥ ਦੀ ਮੰਥ $1,200 ਦੇ ਤਕਰੀਬਨ ਵਾਪਸ ਮਿਲ ਜਾਂਦਾ ਆ। ਬਟ ਜੇ ਮੈਂ ਗੱਲ ਕਰਾਂ ਫੀਸ ਦੀ, ਤਾਂ ਉਹ ਫਿਰ ਸਾਨੂੰ ਦੁਬਾਰਾ ਤੋਂ ਨਵੇਂ ਸਿਰੋਂ ਫੀਸ, ਜੇ ਤਾਂ ਮੰਨ ਲਓ ਵੀ ਤੁਸੀਂ ਆਪਣਾ, ਜੇ ਤੁਹਾਨੂੰ ਕੋਲੇਜ ਤੁਹਾਡੀ ਫੀਸ ਰਿਫੰਡ ਕਰ ਦਿੰਦਾ, ਫਿਰ ਤੁਹਾਡੀ ਹੈਲਪ ਹੋ ਜਾਂਦੀ ਆ, ਕਿਉਂਕਿ ਉਹ ਫੀਸ ਨੇ ਫਿਰ ਉਹ ਫੀਸ ਦੇ ਨਾਲ ਤੁਸੀਂ ਨਵੇਂ ਕੋਲੇਜ ਦੇ ਵਿੱਚ ਜਾਂਦੇ ਹੋ ਅਤੇ ਤੁਹਾਡੀ ਉੱਥੇ ਸੈਟਿੰਗ ਹੋ ਜਾਂਦੀ ਹੈ, ਅਤੇ ਤੁਹਾਡੇ ਲਾਈਕ ਤੁਹਾਨੂੰ ਘਰੋਂ ਪੈਸੇ ਮੰਗਾਉਣ ਦੀ ਲੋੜ ਨਹੀਂ ਪੈਂਦੀ ਸਿੱਧੇ ਸ਼ਬਦਾਂ 'ਚ ਕਹਾਂ ਤਾਂ। ਅਤੇ ਅਗਰ ਤੁਸੀਂ ਫੀਸ ਤੁਹਾਡੀ ਮਰ ਜਾਂਦੀ ਆ, ਤੁਹਾਨੂੰ ਨਵੇਂ ਪੈਸੇ ਫਿਰ ਦੁਬਾਰਾ ਤੋਂ ਮੰਗਵਾਉਣੇ ਪੈਣੇ, ਫਿਰ ਅਰੇਂਜ ਕਰਨੇ ਪੈਣੇ। ਸੋ ਆਪਾਂ ਕਿਉਂ ਨੁਕਸਾਨ ਕਰਨ, ਆਪਣਾ ਨੁਕਸਾਨ ਕਰਵਾਉਣਾ, ਪਹਿਲਾਂ ਹੀ ਕੋਸ਼ਿਸ਼ ਕਰੋ ਕਿ ਇਸ ਚੀਜ਼ ਦਾ ਧਿਆਨ ਰੱਖ ਕੇ ਪਹਿਲਾਂ ਹੀ ਆਪਣੇ ਉੱਥੋਂ ਸੋਚ ਕੇ ਆਓ ਕਿ ਬੜੇ ਆਪਣੇ ਭਰਾ ਜਿਹੜੇ ਆ ਕਈ ਮੇਰੇ ਵਰਗੇ ਹੁੰਦੇ ਆ ਕਿ ਇੰਜੀਨੀਅਰਿੰਗ ਲੈ ਕੇ ਆ ਜਾਂਦੇ ਆ, ਬਟ ਇੰਨੀ ਆਪਣੀ ਜਿਹੜੀ ਆ ਸਟੱਡੀ ਦੇ ਵਿੱਚ ਹੱਥ ਟਾਇਟ ਹੁੰਦਾ, ਅਤੇ ਉੱਥੇ ਆਪਾਂ ਨੂੰ ਹੁੰਦਾ ਵੀ ਬਸ ਸਾਨੂੰ ਬਾਹਰ ਭੇਜ ਦਿਉ ਫਟਾਫਟ, ਅਤੇ ਇੱਥੇ ਆ ਕੇ ਫਿਰ ਪ੍ਰੋਬਲਮ ਆਉਂਦੀਆਂ ਆ, ਸਟੱਡੀ ਕਲੀਅਰ ਨਹੀਂ ਕਰ ਪਾਉਂਦੇ। ਬੜੇ ਆਪਣੇ ਭਰਾ ਇੱਦਾਂ ਦੇ ਆ ਵੀ ਜਿਹੜੇ ਇੱਥੋਂ ਦੀ ਡਿਪੋਰਟ ਹੋ ਕੇ ਗਏ ਆ, ਜਿਹਨੇ ਆਪਣੀ ਸਟੱਡੀ ਨਹੀਂ ਕੰਪਲੀਟ ਕਰ ਪਾਏ। ਬਾਕੀ ਜਿਹੜੇ ਏਜੰਟ ਤੁਹਾਨੂੰ ਡਰਾਉਂਦੇ ਆ ਕਿ ਅਗਰ ਤੁਸੀਂ ਕੋਲੇਜ ਵਧੀਆ ਨਹੀਂ ਲਓਗੇ ਇੱਦਾਂ ਹੋ ਜਾਏਗਾ ਉੱਦਾਂ ਹੋ ਜਾਏਗਾ, ਕੁਛ ਨਹੀਂ ਹੁੰਦਾ। ਐਂਡ ਆਫ ਦੀ ਡੇ ਜਦੋਂ ਤੁਸੀਂ ਆਪਣਾ ਵਰਕ ਵੀਜ਼ਾ ਪਾਉਣਾ ਜਾਂ ਤੁਸੀਂ ਆਪਣੀ PR ਪਾਉਣੀ ਆ, ਕੋਈ ਮੈਟਰ ਨਹੀਂ ਕਰਦਾ ਕਿ ਤੁਹਾਡੀ ਪਰਸੈਂਟੇਜ ਕਿੰਨੀ ਸੀਗੀ ਤੁਹਾਡੇ ਕੋਰਸ ਦੇ ਵਿੱਚ, ਕੋਈ ਮੈਟਰ ਨਹੀਂ ਕਰਦਾ ਤੁਹਾਡਾ ਕੋਲੇਜ ਕਿਹੜਾ ਸੀਗਾ, ਅਤੇ ਕੋਈ ਮੈਟਰ ਨਹੀਂ ਕਰਦਾ ਵੀ ਲਾਈਕ ਕਿੰਨੀ ਫੀਸ ਤੁਸੀਂ ਦਿੱਤੀ ਸੀ ਕਿੰਨੀ ਨਹੀਂ। ਤੁਹਾਡਾ ਤੁਸੀਂ ਪਾਸ ਆਊਟ ਹੋਣੇ ਚਾਹੀਦੇ ਆ ਬਸ, ਮਤਲਬ ਕੋਈ ਸਪਲੀ ਵਗੈਰਾ ਨਹੀਂ ਹੋਣੀ ਚਾਹੀਦੀ। ਤੁਹਾਡਾ ਕੋਲੇਜ ਦਾ ਰਿਕਾਰਡ ਜਿਹੜਾ ਉਹ ਅਟੈਂਡੈਂਸ ਪੂਰੀ ਹੋਣੀ ਚਾਹੀਦੀ ਆ, ਤੁਸੀਂ ਪਾਸ ਆਊਟ ਹੋਣੇ ਚਾਹੀਦੇ ਆ, ਕੋਈ ਮੈਟਰ ਨਹੀਂ ਕਰਦੀਆਂ ਪਰਸੈਂਟੇਜ ਇਸ ਕੰਟਰੀ ਦੇ ਵਿੱਚ। ਅਤੇ ਜਿਸ ਦਿਨ ਤੁਸੀਂ PR ਪਾਉਣੀ ਆ, ਅਤੇ ਉਸ ਦਿਨ ਉਹਨਾਂ ਨੇ ਤੁਹਾਡਾ ਵਰਕ ਐਕਸਪੀਰੀਅੰਸ ਵੇਖਣਾ ਆ, ਤੁਹਾਡੀ ਜੋਬ ਪੋਜੀਸ਼ਨ ਵੇਖਣੀ ਆ, ਅਤੇ ਤੁਹਾਡਾ ਕੋਰਸ ਵੇਖਣਾ ਕਿ ਜੇ ਮੰਨ ਲਓ ਤੁਸੀਂ ਕੋਈ ਜਿੱਦਾਂ ਮੰਨ ਲਓ ਇਗਜ਼ਾਮਪਲ ਆ ਵੀ ਅਗਰ ਤੁਸੀਂ ਸ਼ੈਫ ਦੀ ਸਟੱਡੀ ਕੀਤੀ ਆ ਅਤੇ ਅੱਗੋਂ ਤੁਸੀਂ ਸ਼ੈਫ ਦੀ ਜੋਬ ਕਰ ਰਹੇ ਹੋ, ਮਤਲਬ ਰੈਲੀਵੈਂਟ ਹੋਣੀ ਚਾਹੀਦੀ ਆ। ਆਹ 2-3 ਚੀਜ਼ਾਂ ਜਿਹੜੀਆਂ PR ਦੇ ਟਾਈਮ ਵੇਖਦੇ ਆ। ਇਹ ਗੱਲ ਝੂਠੀ ਆ ਕਿ ਤੁਹਾਡੀ ਪਰਸੈਂਟੇਜ ਜਾਂ ਤੁਸੀਂ ਕੋਲੇਜ ਵਧੀਆ ਹੋਊਗਾ ਅਤੇ ਤੁਹਾਡੀ PR ਛੇਤੀ ਹੋ ਜਾਏਗੀ, ਬਿਲਕੁਲ ਝੂਠੀ ਗੱਲ ਆ। ਸੋ ਇਹ ਸੀਗਾ ਜੀ ਪਹਿਲਾਂ ਜਿਹੜੀ ਮੈਂ ਗੱਲ ਜਿਹੜੀ ਆ ਕਲੀਅਰ ਕੀਤੀ ਕਿ ਜਿਹੜਾ ਕੋਰਸ ਆ ਉਹ ਤੁਸੀਂ ਕਰ ਸਕਦੇ ਹੋ ਚੇਂਜ, ਬਟ ਉਹਦੀਆਂ ਕੁਛ ਕੁ ਕੰਡੀਸ਼ਨਸ ਆ, ਜੇ ਉਸ ਨੂੰ ਤੁਸੀਂ ਧਿਆਨ 'ਚ ਰੱਖੋਗੇ ਤਾਂ ਤੁਹਾਡਾ ਫਾਇਦਾ ਹੋਏਗਾ ਉਸ ਚੀਜ਼ ਦੇ ਵਿੱਚ। ਸੋ ਅਸੀਂ ਹੁਣ ਵੱਧਦੇ ਹਾਂ ਜੀ ਅਗਲੇ ਕੁਸ਼ਚਨ ਵੱਲ। ਅਗਲਾ ਕੁਸ਼ਚਨ ਜਿਹੜਾ ਮੈਨੂੰ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਸੀਗਾ ਵੀ ਸਟੂਡੈਂਟ ਜਿਹੜਾ ਆ ਪੈਸੇ ਕਿੰਨੇ ਕੁ ਬਣਾ ਲੈਂਦਾ ਆ, ਹਰ ਇੱਕ ਦੇ ਮਨ 'ਚ ਕੁਸ਼ਚਨ ਹੁੰਦਾ ਆ, ਮੇਰੇ ਮਨ 'ਚ ਵੀ ਸੀਗਾ ਜਦੋਂ ਮੈਂ ਆਇਆ ਸੀਗਾ। ਮੈਂ ਤੁਹਾਨੂੰ ਸਿੱਧਾ ਸਿੱਧਾ ਦੱਸਦਾ ਵੀ ਲੀਗਲ ਵਰਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ 20 ਘੰਟੇ ਤੁਸੀਂ ਇੱਥੇ ਕੰਮ ਜਿਹੜਾ ਲੀਗਲ ਕਰ ਸਕਦੇ। ਉਸ ਵਿੱਚ ਤੁਸੀਂ ਅਗਰ ਆਪਣਾ ਖਰਚਾ ਲਿਮਿਟਡ ਰੱਖਦੇ ਹੋ, ਕਿਉਂਕਿ ਤੁਹਾਨੂੰ ਹਰ ਮੰਥ ਦੀ ਮੰਥ FTS ਵੀ ਤੁਹਾਡਾ ਮਿਲਣਾ, ਅਤੇ ਤੁਹਾਡਾ ਜਿਹੜਾ ਗੁਜ਼ਾਰਾ ਆ ਉਹ ਵਧੀਆ ਹੋ ਜਾਂਦਾ, ਮਤਲਬ ਵੀ ਠੀਕ ਆ, ਓਕੇ ਆ। ਅਤੇ ਅਗਰ ਤੁਸੀਂ ਬਹੁਤ ਜ਼ਿਆਦਾ ਆਪਣੇ ਖਰਚੇ ਨਹੀਂ ਵਧਾਉਂਦੇ, ਗੱਡੀ ਫੋਨ ਇਹੋ ਜਿਹੀ ਚੀਜ਼ਾਂ ਦੇ ਉੱਤੇ ਫਾਲਤੂ ਪੈਸੇ ਨਹੀਂ ਲਗਾਉਂਦੇ, ਤਾਂ ਤੁਹਾਡਾ ਗੁਜ਼ਾਰਾ ਹੋ ਜਾਂਦਾ ਆ। ਅਤੇ ਗੱਲ ਰਹੀ ਹੈ ਕਿ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਕੈਸ਼ ਜੋਬ ਅਸੀਂ ਕੈਸ਼ ਕਰ ਸਕਦੇ ਹਾਂ ਜਾਂ ਕਿਵੇਂ ਨਹੀਂ। ਪਹਿਲੀ ਗੱਲ ਤਾਂ ਜਦੋਂ ਤੁਹਾਡਾ ਫੁੱਲ ਟਾਈਮ ਆਉਂਦਾ, ਜਦੋਂ ਤੁਹਾਨੂੰ ਛੁੱਟੀਆਂ ਹੁੰਦੀਆਂ ਕੋਲੇਜ ਵੱਲੋਂ ਜਿਹੜੀਆਂ ਤੁਹਾਨੂੰ ਛੁੱਟੀਆਂ ਹੁੰਦੀਆਂ, ਉਸ 'ਚ ਤੁਸੀਂ ਫੁੱਲ ਟਾਈਮ ਭਾਵੇਂ 50 ਘੰਟੇ ਕੰਮ ਕਰੋ ਭਾਵੇਂ 60 ਘੰਟੇ ਕਰੋ, ਉਦੋਂ ਤੁਸੀਂ ਲੀਗਲੀ ਕੰਮ ਕਰ ਸਕਦੇ ਹੋ। ਬਟ ਲੀਗਲ ਤੁਸੀਂ ਸਿਰਫ 20 ਘੰਟੇ ਹੀ ਕੰਮ ਕਰ ਸਕਦੇ ਹੋ, 20 ਘੰਟੇ ਤੋਂ ਜ਼ਿਆਦਾ ਕੰਮ ਤੁਸੀਂ ਲੀਗਲ ਨਹੀਂ ਕਰ ਸਕਦੇ। ਕੈਸ਼ ਜੋਬ ਮਿਲ ਜਾਂਦੀਆਂ ਆ ਜਦੋਂ ਤੁਹਾਡਾ ਸਰਕਲ ਬਣ ਜਾਂਦਾ ਆ, ਤੁਸੀਂ ਜਦੋਂ ਕਿਸੇ ਕੰਟਰੀ 'ਚ ਜਾਂਦੇ ਹੋ ਤਾਂ ਟਰਾਈ ਕਰਿਆ ਕਰੋ ਕਿ ਜਾਂਦੇ ਕੈਸ਼ ਜੋਬ ਨਾ ਲੱਗਿਆ ਕਰੋ, ਕਿਉਂਕਿ ਤੁਹਾਨੂੰ ਭੇਤ ਨਹੀਂ ਹੁੰਦਾ, ਤੁਹਾਨੂੰ ਪਤਾ ਨਹੀਂ ਹੁੰਦਾ ਵੀ ਤੁਹਾਡੇ ਨਾਲ ਦਾ ਬੰਦਾ ਜਿਹੜਾ ਬੈਠਿਆ ਉਹੀ ਤੁਹਾਡੀ ਕੰਪਲੀਟ ਕਰ ਸਕਦਾ। ਇੱਥੇ ਤੁਸੀਂ ਕਿਸੇ ਦਾ ਭਰੋਸਾ ਨਹੀਂ ਕਰ ਸਕਦੇ, ਠੀਕ ਆ। ਸੋ ਮੇਰੀ ਇਹ ਸਾਰਿਆਂ ਨੂੰ ਪਰਸਨਲੀ ਸੁਜੈਸ਼ਨ ਆ, ਜਦੋਂ ਤੁਸੀਂ ਕਿਤੇ ਜਾਂਦੇ ਹੋ ਕੋਸ਼ਿਸ਼ ਕਰਿਆ ਕਰੋ ਵੀ ਪਹਿਲਾਂ 1-2 ਮਹੀਨਾ ਜਿਹੜਾ ਆ ਉਹ ਲੀਗਲ ਚੱਲੋ, ਵੀ ਮੈਂ ਬਲਦੇ ਕਹੂੰਗਾ ਵੀ ਚੱਲੋ ਹੀ ਲੀਗਲ,
ਬਟ ਫਿਰ ਵੀ ਤੁਸੀਂ ਅਗਰ ਕੈਸ਼ ਜੋਬ ਕਰਨੀ ਹੈ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਮੈਂ ਸਮਝ ਸਕਦਾ ਕਿਉਂਕਿ ਸਾਰੇ ਇੱਥੇ ਸਾਡੇ ਵਰਗੇ ਮਿਡਲ ਕਲਾਸ ਹੀ ਆ ਜਿਹੜੇ ਪਿੱਛੋਂ ਘਰੋਂ ਕਰਜ਼ੇ ਚੱਕ ਕੇ ਆਏ ਹੁੰਦੇ ਅਤੇ ਮਗਰ ਘਰਦਿਆਂ ਦੀ ਵੀ ਟੈਨਸ਼ਨ ਹੁੰਦੀ ਆ। ਬਟ ਮੈਂ ਇਹੀ ਕਹੂੰਗਾ ਵੀ ਪਹਿਲਾਂ ਆਓ ਆਪਣਾ ਲੀਗਲ ਕੰਮ ਕਰੋ ਵਧੀਆ ਤਰੀਕੇ ਨਾਲ, ਆਪਣੀ ਵਾਕਫੀ ਬਣਾਓ, ਆਪਣਾ ਫਰੈਂਡ ਲਾਈਕ ਫਰੈਂਡ ਸਰਕਲ ਮੀਨਸ ਕਿ ਥੋੜ੍ਹਾ ਲੋਕਾਂ 'ਚ ਘੁੰਮੋ ਫਿਰੋ, ਜਾਣੋ ਕੰਟਰੀ ਬਾਰੇ, ਜਾਣੋ ਰੂਲਸ ਰਾਲਸ ਤੁਹਾਨੂੰ ਪਤਾ ਲੱਗਣ। ਉਸ ਤੋਂ ਬਾਅਦ ਅਗਰ ਤੁਸੀਂ ਕੋਈ ਪੁੱਠਾ ਸਿੱਧਾ ਕੰਮ ਕਰਨਾ ਫੇਰ ਕਰੋ, ਠੀਕ ਆ। ਅੱਬਲ ਤਾਂ ਮੈਂ ਸੁਜੈਸਟ ਨਹੀਂ ਕਰ ਰਿਹਾ ਤੁਹਾਨੂੰ, ਬਟ ਮੇਰੀ ਸੁਜੈਸ਼ਨ ਤੁਹਾਨੂੰ ਮੇਨ ਇਹੀ ਆ ਕਿ ਆਪਣੇ ਆਪ ਨੂੰ ਲੀਗਲ ਜਿੰਨਾ ਰੱਖੋਗੇ ਤੁਹਾਡੇ ਲਈ ਬੈਨੀਫਿਟ ਆ ਉਸ ਚੀਜ਼ ਦਾ, ਤੁਹਾਨੂੰ ਕੋਈ ਟਾਰਗੇਟ ਨਹੀਂ ਕਰ ਸਕਦਾ। ਅਗਰ ਤੁਸੀਂ ਇਲੀਗਲ ਹੋਵੋਗੇ ਤਾਂ ਮਾੜਾ ਸਮਾਂ ਕਦੀ ਵੀ ਕਿਤੋਂ ਵੀ ਆ ਸਕਦਾ। ਮੈਂ ਡਰਾ ਨਹੀਂ ਰਿਹਾ ਭਰਾਵਾ, ਕਿਉਂਕਿ ਫਿਰ ਵੀ ਤੁਹਾਨੂੰ ਪਤਾ ਰਿਸਕ ਤਾਂ ਹੁੰਦਾ ਹੀ ਆ, ਹੈ ਨਾ ਥੋੜ੍ਹਾ ਬਹੁਤਾ। ਪਰ ਚਲੋ ਇਹ ਗੱਲਾਂ ਜਦੋਂ ਤੁਸੀਂ ਫੈਮਿਲੀਅਰ ਹੁੰਦੇ ਹੋ ਕਿਸੇ ਕੰਟਰੀ 'ਚ ਜਾ ਕੇ ਆਟੋਮੈਟਿਕਲੀ ਸਾਰਾ ਕੁਝ ਸੈੱਟ ਹੋ ਜਾਂਦਾ ਆ, ਸਮਝ ਹੀ ਗਏ ਹੁਣ ਸਮਝਣ ਵਾਲੇ। ਬਾਕੀ ਠੀਕ ਆ, ਵਧੀਆ ਗੁਜ਼ਾਰਾ ਹੋ ਜਾਂਦਾ ਸਟੂਡੈਂਟ ਦਾ, ਉਸ ਚੀਜ਼ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਓਕੇ ਆ, ਵੀ ਤੁਸੀਂ ਅਗਰ 20 ਘੰਟੇ ਕੰਮ ਕਰਦੇ ਹੋ ਤਾਂ ਵੀ ਤਾਂ ਚੱਲ ਜਾਂਦਾ, ਵਧੀਆ ਚੱਲ ਜਾਂਦਾ ਹੈ। ਇਹ ਜਿਹੜੇ ਦੋ ਕੁਸ਼ਚਨ ਮੈਨੂੰ ਬਹੁਤ ਜ਼ਿਆਦਾ ਪੁੱਛੇ ਜਾਂਦੇ ਪਏ ਸੀਗੇ, ਇਹਨਾਂ ਦੇ ਮੈਂ ਸਟੇਟ ਸਟੇਟ ਆਨਸਰ ਤੁਹਾਨੂੰ ਜਿਹੜੇ ਉਹ ਦੇਤੇ ਆ ਕਿ ਇਹ ਰੀਜ਼ਨ ਇਹ ਚੀਜ਼ਾਂ ਦੇ ਹੈਗੇ ਆ, ਜਿਹੜਾ ਸਟੱਡੀ ਦੇ ਨਾਲ ਰਿਲੇਟਡ ਅਤੇ ਵਰਕ ਨਾਲ ਰਿਲੇਟਡ ਸਟੂਡੈਂਟ ਦਾ ਇਹ ਹਿਸਾਬ ਕਿਤਾਬ ਹੁੰਦਾ ਆ। ਬਾਕੀ ਅਗਲੇ ਵਲੋਗ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਆਪਣੇ ਭਰਾਵਾਂ ਨੇ ਕੁਸ਼ਚਨ ਪੁੱਛਿਆ ਵੀ ਜਿਹੜੇ ਦੁਬਈ ਤੋਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਲੈ ਕੇ ਨਿਊਜ਼ੀਲੈਂਡ ਆ ਰਹੇ ਆ ਅਤੇ ਜਾਂ ਜਿਨ੍ਹਾਂ ਨੇ ਆਉਣਾ ਆ, ਉਹਨਾਂ ਲਈ ਕੀ ਇੱਥੇ ਉਸ ਚੀਜ਼ ਦਾ ਬੈਨੀਫਿਟ ਆ ਜਾਂ ਕੀ ਨੁਕਸਾਨ ਆ, ਉਹਦੇ ਬਾਰੇ ਮੈਂ ਕੋਸ਼ਿਸ਼ ਕਰਾਂਗਾ ਅਗਲੇ ਵਲੋਗ ਦੇ ਵਿੱਚ ਗੱਲ ਕਰਨ ਦੀ। ਅਤੇ ਅਗਰ ਤੁਹਾਡੇ ਹੋਰ ਕੋਈ ਕੁਸ਼ਚਨ ਸਟੱਡੀ ਨਾਲ ਰਿਲੇਟਡ ਜਾਂ ਵਰਕ ਨਾਲ ਰਿਲੇਟਡ, ਤੁਸੀਂ ਕਮੈਂਟ ਬੋਕਸ 'ਚ ਉਸ 'ਚ ਆਪਣਾ ਜਿਹੜਾ ਕੁਸ਼ਚਨ ਉਹਨੂੰ ਡ੍ਰੌਪ ਕਰ ਦਿਓ, ਮੈਂ ਟਰਾਈ ਕਰਾਂਗਾ ਉਸ ਨੂੰ ਕਵਰ ਕਰਨ ਦੀ। ਧੰਨਵਾਦ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਅਗਲੇ ਵਲੋਗ 'ਚ।